का नाम ब्रह्मवरचा खोज संस्था यतन द्वारा लिखी गई पंडित श्री राम शर्मा आचार्य जी विज्ञान वह सब कुछ स्वीकारदा है जो प्रायोजनिक है अते बाकी चीज़ा अस्वीकार करता है जदों की विज्ञान पदार्थवाद अते देख समझन दे की धारणा केंद्रित करता है अध्यात्मवाद आदर्शवाद अते सही मार्ग नैतिकता संबंधित है ਇਹ ਦੋਵੇਂ ਖੇਤਰ ਵਿਗਿਆਨ ਅਤੇ ਰੋਹਨियत ਸ਼ਾਇਦ ਉਲਟ ਖੰਭੀਆਂ ਵਰਗੇ ਲੱਗਣ ਪਰ ਅਸਲ ਵਿੱਚ ਇਹ ਦੋਵੇਂ ਇੱਕ ਦੂਜੇ ਦੀ ਤਾਰੀਫ ਕਰਦੇ ਹਨ ਉਹ ਸਾਰੇ ਮਿਲ ਕੇ ਇਸ ਗਲਦੀਆਂ ਵਿਆਖਿਆ ਪੇਸ਼ ਕਰਦੇ ਹਨ ਕਿ ਜੀਵਨ ਕਿਉਂ ਹੈ ਅਤੇ ਸਮਾਜ ਦੇ ਸਹੀ ਵਿਕਾਸ ਲਈ ਜ਼ਰੂਰੀ ਹੈ ਸਾਡੇ ਦਿਲ ਦੀਆਂ ਡੂੰਘੀਆਂ ਖਾਈਆਂ ਵਿੱਚ ਅਸੀਂ ਜਾਣਦੇ ਹਾਂ ਪਰ ਅਸੀਂ ਇਸ ਨੂੰ ਕਿਵੇਂ ਸਾਬਤ ਕਰਦੇ ਹਾਂ ਹਜ਼ਾਰਾਂ ਸਾਲ ਪਹਿਲਾਂ ਸਿਰਫ ਉਹੀ ਚੀਜ਼ਾਂ ਵਿੱਚ ਵਿਸ਼ਵਾਸ ਹੈ ਜੋ ਦੇਖਿਆ ਜਾ ਸਕਦਾ ਹੈ ਅਤੇ ਕੇਵਲ ਵਿਸ਼ਵਾਸ ਦੇ ਆਧਾਰ ਦੇ ਅੱਜ ਦੇ ਬੁੱਧੀਜੀਵੀਆਂ ਦਾ ਮਾਰਗ ਦਰਸ਼ਨ ਕਰਨਾ ਸੰਭਵ ਨਹੀਂ ਹੈ ਹਰ ਨਵਾਂ ਖੋਜਕਰਤਾ ਢੁੰਗੀ ਜਾਣ ਤੋਂ ਪਹਿਲਾਂ ਆਤਮਿਕ ਅਭਿਆਸਾ ਜਿਵੇਂ ਕਿ ਵੈਦਿਕ ਮੰਤਰਾਂ ਯੱਗ ਯੋਗ ਆਦਿ ਤੇ ਵਿਹਾਰਕ ਲਾਭਾਂ ਦੀ ਭਾਲ ਕਰਦੇ ਸ਼ੁਰੂਆਤ ਕਰਦਾ ਸੀ ਇਸ ਸਿੱਧ ਗਿਆਨ ਨੂੰ ਲੱਭਣਾ ਇੱਕ ਮੁਸ਼ਕਲ ਕੰਭ ਬਾਗ ਜਾਪ ਕਰਦਾ ਹੈ ਪਰ ਹੈ ਸਾਡੇ ਕੋਲ ਇਹ ਹੱਲ ਹੈ ਸਾਡੇ ਕੋਲ ਇੱਕ ਹੱਲ ਹੈ 1989 ਵਿੱਚ ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰੀ ਜੀ ਦੁਆਰਾ ਸਥਾਪਿਤ ਬ੍ਰਹਮਵਰਚਸ ਖੋਜ ਸੰਸਥਾ ਕਹੇ ਜਾਣ ਵਾਲੀ ਇੱਕ ਪੁਸਤਕ ਨੂੰ ਭੇਟ ਕਰਦੀਆਂ ਖੁਸ਼ਖਬਰੀ ਵਿਗਿਆਨ ਨੂੰ ਰੋਹਾਨੀਅਤ ਨਾਲ ਜੋੜਨ ਦੇ ਉੱਤਮ ਉਦੇਸ਼ ਨਾਲ ਇਕਦਮ ਬਚਨਬੱਧ ਹੁੰਦੀਆਂ ਅਧਿਆਤਮਕ ਸਿਧਾਂਤਾਂ ਅਤੇ ਅਭਿਆਸਾਂ ਦੀ ਅਣਦੇਖੀ ਸੱਚ ਅਤੇ ਪ੍ਰਮਾਣਿਕਤਾ ਵਿਗਿਆਨ ਨਾਲ ਕਿਉਂਕਿ ਦੋਵੇਂ ਇੱਕੋ ਸਿੱਕੇ ਦੇ ਦੋ ਪਾਸਾ ਹਨ ਕਿਤਾਬ ਦੇ ਕੁਝ ਵਿਸ਼ੇ ਅਧਿਆਤਮ ਅਤੇ ਵਿਗਿਆਨ ਇੱਕ ਦੂਜੇ ਸਾਥ-ਸਾਥ ਸੰਪੂਰਨ ਗਿਆਨ ਦੀਆਂ 24 ਸ਼ਕਤੀਆਂ ਦਾ ਸੰਖੇਪ ਜਾਣ ਪਛਾਣ ਪ੍ਰਯੋਗਸ਼ਾਲਾ ਅਤੇ ਲਾਇਬ੍ਰੇਰੀ ਵਿੱਚ ਚੱਲ ਰਹੇ ਕੰਮ ਹਰਬਲ ਇਲਾਜ ਜੀਵਨ ਨੂੰ ਪ੍ਰਭਾਵਿਤ ਕਰਨ ਵਾਲਾ ਗਿਆਨ ਆਵਾਜ਼ ਦੀ ਸੰਭਾਵਨਾ ਅਤੇ ਸੰਗੀਤ థੈਰੇਪੀ ਕਿਤਾਬ ਵਿੱਚੋਂ ਕੁਝ ਭਾਗ ਵਿਗਿਆਨਿਕ ਚੇਤਨਾ ਦੀ ਹੁੰਦ ਨੂੰ ਤਿਆਗ ਦਿੰਦਾ ਹੈ ਸੁਚੇਤ ਕਰਮਾਂ ਦਾ ਨਿਯਮ ਜੇ ਅਸੀਂ ਇਸ ਨਾਲ ਸਹਿਮਤ ਹੁੰਦੇ ਹਾਂ ਤਾਂ ਸਮਾਜ ਲਈ ਨੈਤਿਕਤਾ ਅਤੇ ਵਿਸ਼ਾਲ ਲਾਭ ਖਤਮ ਹੋਣ ਜਾਣਗੇ ਪੰਨਾ ਸਾਤ ਪੈਰਾ 1 ਪੌਦਿਆਂ ਤੋਂ ਬਾਹਰ ਕੱਢੇ ਗਏ ਰਸਾਇਣ ਅਤੇ ਖਣਿਜ ਸਰੀਰ ਦੁਆਰਾ ਆਸਾਨੀ ਨਾਲ ਸਮਾਏ ਜਾਂਦੇ ਹਨ ਹਾਲਾਂਕਿ ਰਸਾਇਣ ਜਾਂ ਖਣਿਜ ਦੀ ਕੋਈ ਕੋਈ ਹੋਰ ਬਾਹਰੀ ਸੇਵਨ ਜ਼ਿਆਦਾ ਦੇਰ ਤੱਕ ਨਹੀਂ ਰਹਿੰਦੀ ਅਤੇ ਸਰੀਰ ਦੁਆਰਾ ਕੱਢ ਦਿੱਤੀ ਜਾਂਦੀ ਹੈ ਉਹਨਾਂ ਨੂੰ ਬਾਹਰੀ ਸਮਝਦੀਆਂ ਸਰੀਰ ਉਹਨਾਂ ਨੂੰ ਕਦੇ ਨਹੀਂ स्वीकारਦਾ ਪੇਜ 27 ਪੈਰਾ 2 ਸੰਗੀਤ ਭਾਵਨਾਵਾਂ ਬੜਕਾਉਂਦੀ ਤਾਕਤ ਰੱਖਦਾ ਹੈ ਇਹ ਨਾ ਸਿਰਫ ਇੱਕ ਵਿਅਕਤੀ ਦੇ ਸੰਪੂਰਨ ਸੂਖਮ ਅਤੇ ਕਾਰਜਕਾਰੀ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ ਬਲਕਿ ਇੱਕ ਵਿਅਕਤੀ ਨੂੰ ਉੱਚੇ ਪੱਧਰ ਦੇ ਇਲਾਜ ਲੇ ਜਾਣ ਦੀ ਸ਼ਕਤੀ ਦੀ ਰੱਖਦਾ ਹੈ ਇਹ ਤਣਾਅ ਨੂੰ ਘਟਾਉਣ ਅਤੇ विश्वास बदाणु ਵਿੱਚ ਪ੍ਰਭਾਵਸ਼ਾਲੀ ਦਿਖਾਈ ਦਿੰਦਾ ਹੈ ਪੰਨਾ 53 ਪੈਰਾ 2 ਲੇਖਕ ਬਾਰੇ ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰੀ ਜੀ ਦੁਆਰਾ ਲਿਖਿਆ ਜੋ ਇੱਕ ਭਾਰਤੀ ਸੁਤੰਤਰਤਾ ਸੰਗਰਾਮੀ ਸਮਾਜ ਸੁਤਾਰਕ ਗਾਇਤਰੀ ਸਾਧਕ ਅਤੇ ਅਧਿਆਤਮਿਕਤਾ ਦੇ ਪਿੱਛੇ ਵਿਗਿਆਨ ਦੇ 발ਕਰਨ ਵਾਲਾ ਸੀ ਜਿਸ ਨੇ 32 ਤੋਂ ਸੇ ਤੋਂ ਜ਼ਿਆਦਾ ਕਿਤਾਵਾਂ ਲਿਖੀਆਂ ਸਨ ਲੇਖਕ ਦੁਆਰਾ 12 ਸ਼੍ਰੇਣੀਆਂ ਵਿੱਚ 3200 ਕਿਤਾਬਾਂ ਆਨਲਾਈਨ ਪੜੋ http://literature.awgp.org/ ਇਸ ਤਰੀਕੇ سے ਹਨ ਫਿਲਾਸਫੀ ਭਾਰਤੀ ਸਭਿਆਚਾਰ ਵਿਗਿਆਨ ਅਤੇ ਅਧਿਆਤਮਿਕਤਾ ਸਿਹਤ ਅਤੇ ਤੰਦਰੁਸਤੀ ਪ੍ਰਾਚੀਨ ਭਾਰਤੀ ਟੈਕਸਟ 21ਵੀਂ ਸਦੀ ਲਈ ਸੋਚ ਇਨਕਲਾਬ ਯੋਗ ਅਤੇ ਮੈਡੀਟੇਸ਼ਨ ਪਰਿਵਾਰਕ ਰਿਸ਼ਤੇ ਲਾਈਫ ਮੈਨੇਜਮੈਂਟ ਸਮਾਜੀ ਸਮਾਜਿਕ ਸੁਧਾਰ ਸਵੈ ਸਹਾਇਤਾ ਕਿਸ਼ੋਰ